ਬਈ ਰੋਜ਼ ਤੂੰ ਸੰਵਾਰਨਾ ਏ ਜਿਸਮ ਤੇ ਜਾਨ ਨੂੰ, ਨੌਫਲਾ ਸੰਭਾਲ ਕਦੀ ਦੀਨ ਤੇ ਈਮਾਨ ਨੂੰ, ਨੌਫਲਾ ਸੰਭਾਲ ਕਦੀ ਦੀਨ ਤੇ ਈਮਾਨ ਵੇ ਕਬਾਰ ਤੇ ਹਸ਼ਰ ਚ ਜਿਸ ਨੇ ਬਚਾਵਣਾ ਗੁਜ਼ਰੇ ਬਹੁਤ ਬੜਾ ਸ਼ਿਰ ਕੇ ਛੋੜ ਲੈ ਨੇ ਓਏ ਕੋਠੀਆਂ ਮਹਲ ਬਾਗਾ ਤੂੰ ਛੋੜ ਨੇ ਕੋਠੀਆਂ ਮਹਲ ਪੁੱਛ ਛੋੜ ਨੇ ਕੋਠੀਆਂ ਮਹਲ ਬਾਗਾ ਤੂੰ ਰਾੜ ਨਾ ਦਿਸਣ ਆਸਾ ਇੱਕ ਰਾਤ ਵੀ ਰਾਣ ਨਾ ਦਿਸਣ ਆਸਾ ਨੂੰ ਇੱਕ ਰਾਤ ਵੇ ਤਫਲ ਦਾ ਟੋਟਾ ਸਾਰੇ ਰਿਜ਼ਕ ਚੁਪਾ ਘਰ ਤਾਮੀਰ ਕਰ ਖੁਲਦ ਬਰੀਨ ਵਿੱਚ ਬਈ ਘਰ ਤਾਮੀਰ ਕਰ ਖੁਲਦ ਬਰੀਨ ਵਿੱਚ ਘਰ ਤਾਮੀਰ ਕਰ ਖੁਲਦ ਬਰੀਨ ਵਿੱਚ ਲਾ ਬੂਟ ਜ਼ਿਕਰ ਦੇ ਦਿਲ ਦੀ ਜ਼ਮੀਨ ਵਿੱਚ ਲਾ ਬੂਟ ਜ਼ਿਕਰ ਦੇ ਦਿਲ ਦੀ ਜ਼ਮੀਨ ਵਿੱਚ ਹਰ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਦੀਨ ਚ ਗੁਜ਼ਰ ਰਹੀ ਉਹਨਾਂ ਦਾ ਦੇਖੋ, ਉਹਨਾਂ ਦੀ ਅਰਜ਼ੀ ਵੇਖੋ। ਸ਼ੇਰ ਸੁਣੋ, ਇਨਸ਼ਾਅੱਲਾ ਚਿਹਰਾ ਖਿਲ ਜਾਏਗਾ। ਬਹੁਤ ਹੀ ਪਿਆਰਾ ਸ਼ੇਰ ਮੇਰੇ ਪੀਰ ਮੁਰਸ਼ਿਦ ਅਲਹਾਜ ਸੈਯਦ ਪੀਰ ਜ਼ਹੂਰ ਇਸਮਾਇਲ ਸ਼ਾਹ ਸਾਹਿਬ ਬਗਦਾਦੀ ਸ਼ੇਰ ਲਿਖਿਆ। ਸੁਣੋ ਤੇ ਆਪਣਾ ਇਮਾਨ ਤਾਜ਼ਾ ਕਰੋ ਕਿ ਪੱਲੇ ਸਾਡੇ ਪੂੰਜੀ ਨਹੀਂ ਉਹਨੇ ਕਮਾਲ ਦੀ, ਪੱਲੇ ਜਿਸ ਬੰਦੇ ਨੂੰ ਆਪਣੀ ਨੇਕੀਆਂ ਦਾ ਮਾਣ ਏ, ਨਮਾਜ਼ਾਂ ਦਾ ਮਾਣ ਏ, ਬੰਦਾ ਨਾ ਬੋਲੇ ਜਦੋਂ ਹਜ਼ੂਰ ਦਾ ਮਾਣ ਏ, ਉਹ ਬੋਲੇ ਸੁਭਾਨ ਅੱਲਾ। ਬਈ ਪੱਲੇ ਸਾਡੇ ਪੂੰਜੀ ਨਹੀਂ ਨੇਕਾ ਮਾਲ ਦੀ, ਕਾਫੀ ਹੈ ਉਮੀਦ ਸਾਨੂੰ ਆਮਨ ਦੇ ਲਾਲ ਦੇ, ਅਸਾਂ ਜਿਹਾ ਆਸੀਆਂ ਨੂੰ ਸੋਹਣੇ ਬਖਸ਼ਾਵਣਾ ਗੁਜ਼ਰਿਆ ਵੇਲਾ ਦੀ ਹਦੀਸ ਅੱਲਾ ਵਾਲਿਆਂ ਸੁਣਾਈਏ। ਗੱਲ ਮੁਖਤਸਰ ਕਰੀਏ, ਸ਼ੇਰ ਸੁਣੋ ਕਿ ਜਿੱਦਾਂ ਦੀ ਹਦੀਸ ਅੱਲਾ ਵਾਲਿਆਂ ਸੁਣਾਈਏ, ਜਿੱਦਾਂ ਦੀ ਹਦੀਸ ਅੱਲਾ ਵਾਲਿਆਂ ਸੁਣਾਈਏ, ਕਬਰ ਦੀ ਫਿਕਰ ਨਾ ਰਹੀ ਸਾਨੂੰ ਕਾਈਏ, ਕਬਰ ਦੀ ਫਿਕਰ ਨਾ ਸਾਨੂੰ ਕਾਏ, ਜਲਵਾ ਹਜ਼ੂਰ ਵਿੱਚ ਕਬਰ ਵਿਖਾਵਣਾ। ਆਖਰ ਸ਼ੇਰ ਬਹੁਤ ਹੀ ਪਿਆਰਾ ਸ਼ੇਰ ਕਿ ਗੌਰ ਨਾਲ ਸੁਣ ਲਓ ਨਸੀਹਤ ਜ਼ਹੂਰ ਦੀ। ਅੱਲਾ ਤੈਨੂੰ ਸਲਾਮਤ ਰੱਖੇ। ਇੱਕ ਵਾਰ ਹੋਰ ਮਿੱਠੀ ਆਖੋ ਜੋ ਸੁਭਾਨ ਅੱਲਾ, ਤਾਂ ਕਿ ਪੀਰ ਸਾਹਿਬ ਦੇ ਤੁਸੀਂ ਸਾਦਾ ਗੁਫਤਗੂ ਔਰ ਰੂਹਾਨੀ ਗੁਫਤਗੂ ਹੁੰਦੀ ਹੈ। ਅੱਲਾਹ ਤਾਲਾ ਇਨਸ਼ਾਅੱਲਾ ਸਭ ਨੂੰ ਅਮਲ ਦੀ ਤੌਫੀਕ ਅਤਾ ਫਰਮਾਏ। ਆਖਰੀ ਸ਼ੇਰ ਸੁਣੋ ਕਿ ਗੌਰ ਨਾ ਨਹੀਂ ਆ